ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ ਦਿਨੀ ਜਾਪਾਨ ਦੌਰੇ ਤੇ ਨੇ। ਅੱਜ ਪੀਐਮ ਮੋਦੀ ਨੇ ਟੋਕੀਓ ਵਿਖੇ ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੇ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਜਾਪਾਨ ਦੇ ਟੋਕੀਓ 'ਚ ਇੰਡੀਆ ਜਾਪਾਨ ਪਾਰਟਨਰਸ਼ਿਪ ਆਫ ਇੰਡੀਆ ਅਤੇ ਡਿਜੀਟਲ ਪਾਰਟਨਰਸ਼ਿਪ ਸੈਮੀਨਾਰ 'ਚ ਹਿੱਸਾ ਲਿਆ। ਇਸ ਮੌਕੇ ਤੇ ਉਹਨਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ 'ਚ ਵੱਡੇ ਬਦਲਾਅ ਤੋਂ ਗੁਜ਼ਰ ਰਿਹਾ ਮੁਲਕ ਹੈ। ਦੇਸ਼ ਡਿਜੀਟਲ ਸੰਸਾਧਨਾਂ ਦੇ ਖੇਤਰ 'ਚ ਸ਼ਾਨਦਾਰ ਤਰੱਕੀ ਕਰ ਰਿਹਾ। ਭਾਰਤ ਮੈਂ ਮੇਰੀ ਸਰਕਾਰ ਬਣੇ ਹੋਏ ਲਗਭਗ 4.5 ਸਾਲ ਹੋ ਚੁੱਕੇ ਹੈ। ਇਸ ਦੌਰਾਨ ਬਿਜ਼ਨਸ ਸੇ ਜੁੜੇ ਜਿਸ ਕਾਰਜ ਕੋ ਮੈਨੇ ਆਪਣੀ ਪ੍ਰਾਇਓਰਿਟੀ ਲਿਸਟ ਮੈਂ ਸਬਸੇ ਉੱਪਰ ਰੱਖਾ ਵੋ ਹੈ ਈਜ਼ ਆਫ ਡੂਇੰਗ ਬਿਜ਼ਨਸ। ਇਸਕਾ ਨਤੀਜਾ ਅਬ ਦੁਨੀਆ ਕੇ ਸਾਹਮਣੇ ਹੈ। ਸਾਲ 2014 ਮੈਂ ਜਬ ਮੈਨੇ ਸਰਕਾਰ ਕੀ ਬਾਗਡੋਰ ਸੰਭਾਲੀ ਥੀ ਉਸ ਸਮੇਂ ਵਰਲਡ ਬੈਂਕ ਕੀ ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਮੈਂ ਭਾਰਤ ਕਾ ਸਥਾਨ 140th ਥਾ। ਅਬ ਹਮ 100ਵੀਂ ਰੈਂਕ ਪਰ ਪਹੁੰਚੇ ਹੈ ਔਰ ਅਭੀ ਵੀ ਲਗਾਤਾਰ ਪ੍ਰਯਾਸ ਕਰਕੇ ਇਸ ਰੈਂਕਿੰਗ ਮੈਂ ਸੁਧਾਰ ਕੇ ਲੀਏ ਬਹੁਤ ਵਿਆਪਕ ਸਤਰ ਪਰ ਫੈਡਰਲ ਗਵਰਨਮੈਂਟ ਕੇ ਸਤਰ ਪਰ, ਸਟੇਟ ਗਵਰਨਮੈਂਟ ਕੇ ਸਤਰ ਪਰ, ਲੋਕਲ ਬਾਡੀ ਕੇ ਸਤਰ ਪਰ ਹਮ ਏਕ ਕੇ ਬਾਅਦ ਏਕ ਕਦਮ ਉਠਾ ਰਹੇ ਹੈਂ।